ਮਿਤੀ 28 ਜੁਲਾਈ ਨੂੰ ਮੋਗਾ ਦੇ ਪਿੰਡ ਦੀਨਾ ਸਾਹਿਬ ਵਿਖੇ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ 26 ਸਾਲ ਦੇ ਅੰਮ੍ਰਿਤਪਾਲ ਸਿੰਘ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਮ੍ਰਿਤਕ ਦੇ ਪਿਤਾ ਸੁਖਮੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਸੀ ਕਿ ਉਸਦੇ ਪੁੱਤਰ ਦਾ ਕਤਲ ਪਿੰਡ ਦੇ ਹੀ 5 ਨੌਜਵਾਨਾਂ ਨੇ ਕੀਤਾ ਅਤੇ ਨਸ਼ੇ ਦੇ ਆਦੀ ਹੋਣ ਦੇ ਦੋਸ਼ ਵੀ ਲਗਾਏ ਸਨ। ਪਰ ਇਸ ਮਾਮਲੇ ਨੇ ਉਸ ਸਮੇਂ ਨਵਾਂ ਮੋੜ ਲਿਆ ਜਦੋਂ ਅੱਜ ਮਨਜੀਤ ਸਿੰਘ DSP ਨੇ ਥਾਣਾ ਨਿਹਾਲ ਸਿੰਘ ਵਾਲਾ ਅਤੇ ਲਕਸ਼ਮਣ ਸਿੰਘ SHO ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਤਲ ਮਾਮਲੇ ਵਿੱਚ ਨਾਮਜ਼ਦ ਪਿੰਡ ਦੀਨਾ ਦੇ ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਰੂਪ ਸਿੰਘ ਮੰਗਾ ਅਤੇ ਗੁਰਦੀਪ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਇਹ ਸਾਰਾ ਮਾਮਲਾ ਸ਼ੱਕੀ ਲੱਗਿਆ। ਇਸ ਦੀ ਸਾਰੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਨਾਲ ਸਾਂਝੀ ਕੀਤੀ ਗਈ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਹਰਜਿੰਦਰ ਸਿੰਘ ਪਰਮਾਰ SPH ਦੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ। ਇਸ ਵਿੱਚ ਮਨਜੀਤ ਸਿੰਘ DSP, ਲਕਸ਼ਮਣ ਸਿੰਘ SHO, ਨਿਰਮਲ ਸਿੰਘ ਸਬ ਇੰਸਪੈਕਟਰ ਅਤੇ ਦੀਨਾ ਸਾਹਿਬ ਦੇ ਚੌਂਕੀ ਇੰਚਾਰਜ ਨੂੰ ਨਿਯੁਕਤ ਕੀਤਾ ਗਿਆ, ਜਿਨ੍ਹਾਂ 3 ਦਿਨਾਂ ਵਿੱਚ ਪਿੰਡ ਇੱਕ ਤਰ੍ਹਾਂ ਦਾ ਰਿਸਰਚ ਅਭਿਆਨ ਚਲਾ ਕੇ ਮ੍ਰਿਤਕ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਥਾਂ ਥਾਂ 'ਤੇ ਲੱਗੇ CCTV ਕੈਮਰਿਆਂ ਦੀ ਚੈਕਿੰਗ ਕੀਤੀ ਗਈ ਅਤੇ ਉਹਨਾਂ ਦੀ ਤਫਤੀਸ਼ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਜਿਨ੍ਹਾਂ 5 ਨੌਜਵਾਨਾਂ 'ਤੇ ਮ੍ਰਿਤਕ ਦੇ ਪਿਤਾ ਨੇ ਕਤਲ ਦੇ ਦੋਸ਼ ਲਗਾਏ ਸਨ ਉਹਨਾਂ ਨਾਲ ਕਤਲ ਦਾ ਦੂਰ ਦੂਰ ਤੱਕ ਦਾ ਕੋਈ ਵਾਸਤਾ ਹੀ ਨਹੀਂ ਹੈ, ਸਗੋਂ ਕਤਲ ਉਸਦੇ ਸੱਗੇ ਭਰਾ ਸਤਨਾਮ ਸਿੰਘ ਨੇ ਹੀ ਆਪਣੇ ਭਰਾ ਦਾ ਕੀਤਾ। ਜਦੋਂ ਸਤਨਾਮ ਸਿੰਘ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਤਾਂ ਉਸਨੇ ਮੰਨਿਆ ਕਿ 28 ਜੁਲਾਈ ਨੂੰ ਅੰਮ੍ਰਿਤਪਾਲ ਸਿੰਘ ਅਤੇ ਸਤਨਾਮ ਸਿੰਘ ਜੋ ਘਰ ਦੇ ਬਾਹਰ ਬਰਗਰਾਂ ਅਤੇ ਪਕੌੜਿਆਂ ਦੀ ਰੇਹੜੀ ਨਵਾਂ ਦੁਕਾਨ ਲਾਉਂਦੇ ਸਨ, ਉਹਨਾਂ ਦਾ ਆਪਸ ਵਿੱਚ ਝਗੜਾ ਹੋ ਗਿਆ ਸੀ। ਸਤਨਾਮ ਸਿੰਘ ਅੰਮ੍ਰਿਤਧਾਰੀ ਹੋਣ ਕਰਕੇ ਉਸਨੇ ਆਪਣੇ ਭਾਈ ਗਾਤਰੇ ਵਾਲੀ ਕਿਰਪਾਨ ਨਾਲ ਹਸਤੇ ਉੱਤੇ ਹਮਲਾ ਕਰ ਦਿੱਤਾ। ਰੌਲਾ ਪਾਉਂਦਾ ਹੋਇਆ ਉਹ ਘਰੋਂ ਬਾਹਰ ਨੂੰ ਭੱਜਿਆ ਜਿੱਥੇ ਉਸਦੀ ਮੌਤ ਹੋ ਗਈ। ਆਪਣੀ ਨਿੱਜੀ ਰੰਜਿਸ਼ ਕੱਢਣ ਲਈ ਇਹਨਾਂ ਦੇ ਪਿਤਾ ਸੁਖਮੰਦਰ ਸਿੰਘ ਨੇ ਝੂਠਾ ਬਿਆਨ ਦਿੱਤਾ ਕਿ ਮੇਰੇ ਪੁੱਤਰ ਨੂੰ ਪਿੰਡ ਦੇ 5 ਜਾਣਿਆਂ ਨੇ ਕਤਲ ਕੀਤਾ, ਜਿਨ੍ਹਾਂ ਦੇ ਨਾਂ ਮਾਰਨ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਦੱਸੇ ਸਨ, ਜੋ ਇੱਕ ਝੂਠ ਦਾ ਭੁਲੰਦਾ ਸੀ। ਮਨਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਆਪਣੀ ਤਫਤੀਸ਼ ਵਿੱਚ ਬੇਕਸੂਰ 5 ਨੌਜਵਾਨ ਜੋ ਕਿ ਬਿਨਾਂ ਕਿਸੇ ਗਲਤੀ ਦੇ ਵੱਡੀ ਸਮੱਸਿਆ ਵਿੱਚ ਫਸ ਗਏ ਸਨ, ਉਹਨਾਂ ਨੂੰ ਇਨਸਾਫ ਦੇ ਕੇ ਅਸਲ ਦੋਸ਼ੀ ਨੂੰ ਸਲਾਖਾਂ ਵਿੱਚ ਭੇਜ ਦਿੱਤਾ। ਇੱਥੇ ਦੱਸ ਦਈਏ ਕਿ ਪੁਲਿਸ ਦੀ ਇਸ ਵਧੀਆ ਕਾਰਵਾਈ ਨੂੰ ਲੈ ਕੇ ਹਲਕੇ ਵਿੱਚ ਖੂਬ ਚਰਚਾ ਹੋ ਰਹੀ ਹੈ। 7/19 ਨੂੰ ਸਾਨੂੰ ਇਤਲਾਹ ਮਿਲੀ ਕਿ ਪਿੰਡ ਦੀਨਾ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਪੁੱਤਰ ਮੰਦਰ ਸਿੰਘ ਦਾ ਕਤਲ ਹੋ ਗਿਆ ਅਤੇ ਪੁਲਿਸ ਪਾਰਟੀ ਮੌਕੇ 'ਤੇ ਤਫਤੀਸ਼ ਦੇ ਸੰਬੰਧ ਵਿੱਚ ਪਹੁੰਚੀ ਅਤੇ ਸਾਡੇ ਪਾਸ ਮੰਦਰ ਸਿੰਘ ਨੇ ਇਹ ਬਿਆਨ ਤਹਿਰੀਰ ਕਰਵਾਇਆ ਕਿ ਉਸਦੇ ਲੜਕੇ ਅੰਮ੍ਰਿਤਪਾਲ ਸਿੰਘ ਉਮਰ ਕਰੀਬ 26 ਸਾਲ ਨੂੰ ਪਿੰਡ ਦੇ ਹੀ ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਰੂਪੀ ਮੰਗਾ ਅਤੇ ਗੁਰਦੀਪ ਸਿੰਘ ਨੇ ਆਪਸ ਲੜਾਈ ਝਗੜੇ ਕਰਕੇ ਉਹਦਾ ਕਤਲ ਕਰ ਕੋਈ ਤੇਜ਼ ਧਿਆਰ ਨਾਲ ਉਹਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਹ ਅਸੀਂ ਉਹ ਜਿਹੜੇ ਨੌਜਵਾਨ 5 ਨੌਜਵਾਨ 22 ਨੇ ਜਿਨ੍ਹਾਂ 'ਤੇ ਮੁਕੱਦਮਾ ਦਰਜ ਹੋਇਆ ਉਹਨਾਂ ਨੂੰ ਦੌਰਾਨੇ ਤਫਤੀਸ਼ ਪੁੱਛਗਿੱਛ ਕੀਤੀ ਅਤੇ ਸਾਨੂੰ ਇਹ ਮੁਕੱਦਮੇ ਦੇ ਹਾਲਾਤ ਕੁਛ ਸ਼ੱਕੀ ਜਾਪੇ। ਇਸ ਤੋਂ ਬਾਅਦ ਮਾਨਯੋਗ SSP ਸਰਦਾਰ ਅਮਰਜੀਤ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ ਹੇਠ ਸਰਦਾਰ HPS ਪਰਮਾਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਮੇਰੇ ਅਧੀਨ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ SHO ਨਿਹਾਲ ਸਿੰਘ ਵਾਲਾ, ਸਬ ਇੰਸਪੈਕਟਰ ਨਿਰਮਲਜੀਤ ਸਿੰਘ ਅਤੇ ਚੌਂਕੀ ਇੰਚਾਰਜ ਦੀਨੇ ਦੇ ਆਧਾਰਿਤ ਅਸੀਂ ਬੜੀ ਡੂੰਘਾਈ ਦੇ ਨਾਲ ਹਰ ਪੱਖ ਤੋਂ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਪਿੰਡ ਦੇ ਵਿੱਚ ਇੱਕ ਪ੍ਰਕਾਰ ਦਾ ਅਸੀਂ 2-3 ਦਿਨ ਕੈਂਪ ਲਾ ਕੇ ਰੱਖਿਆ। ਹਰੇਕ ਪ੍ਰਕਾਰ ਤੋਂ ਉਹਦੀ ਉਸ ਲੜਕੇ ਦੀ ਅਸੀਂ ਪਲ ਪਲ ਦੀ ਪ੍ਰੈਜੈਂਸ ਦੇਖੀ ਅਤੇ CCTV ਕੈਮਰੇ ਚੈੱਕ ਕੀਤੇ ਅਤੇ ਸਾਡੀ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜੇ 5 ਬੰਦੇ ਆ ਇਹਨਾਂ ਦਾ ਕਤਲ ਦੇ ਨਾਲ 2 ਦਾ ਵਾਸਤਾ ਵੀ ਨਹੀਂ ਅਤੇ ਇਹ ਕਤਲ ਇਹਦੇ ਹੀ ਸਕੇ ਭਰਾ ਸਤਨਾਮ ਸਿੰਘ ਨੇ ਕੀਤਾ ਹੈ।
ਤੇਰੇ ਦਰਾਨੇ ਤਫਤੀਸ਼ ਜਦੋਂ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਸਤਨਾਮ ਸਿੰਘ ਨੇ ਮੰਨਿਆ ਕਿ ਮਿਤੀ 28/7 ਦੀ ਰਾਤ ਨੂੰ ਅੰਮ੍ਰਿਤਪਾਲ ਸਿੰਘ ਅਤੇ ਸਤਨਾਮ ਸਿੰਘ ਜੋ ਕਿ ਆਪਣੇ ਘਰ ਦੇ ਬਾਹਰ ਹੀ ਇੱਕ ਬਰਗਰਾਂ ਅਤੇ ਪਕੌੜਿਆਂ ਅਤੇ ਦੀ ਰੇਹੜੀ ਲਗਾਉਣ ਟਾਈਪ ਦੁਕਾਨ ਚਲਾਉਂਦਾ, ਇਹਨਾਂ ਦਾ ਆਪਸ ਵਿੱਚ ਹੀ ਕਿਸੇ ਪ੍ਰਕਾਰ ਘਰੇਲੂ ਝਗੜਾ ਹੋ ਗਿਆ ਅਤੇ ਇਹਨੇ ਗੁੱਸੇ ਦੇ ਵਿੱਚ ਆ ਕੇ, ਕਿਉਂਕਿ ਸਤਨਾਮ ਸਿੰਘ ਅੰਮ੍ਰਿਤਧਾਰੀ ਸਿੰਘ ਆ, ਇਹਨੇ ਜਿਹੜੀ ਆਪਣੇ ਗਾਤਰੇ ਵਾਲੀ ਕਿਰਪਾਨ ਪਾਈ ਹੋਈ ਆ, ਗੁੱਸੇ ਦੇ ਵਿੱਚ ਉਹਦੇ ਢਿੱਡ ਦੇ ਵਿੱਚ ਮਾਰ ਦਿੱਤੀ ਅਤੇ ਉਹ ਰੌਲਾ ਪਾਉਂਦਾ ਬਾਹਰ ਨੂੰ ਭੱਜ ਗਿਆ ਅਤੇ ਤਕਰੀਬਨ 30 ਕਰਮਾਂ ਦੀ ਦੂਰੀ 'ਤੇ ਜਾ ਕੇ ਉਹ ਡਿੱਗ ਪਿਆ ਅਤੇ ਜਿੱਥੇ ਉਹਦੀ ਮੌਤ ਹੋ ਗਈ। ਅਤੇ ਇਸ ਤੋਂ ਬਾਅਦ ਇਹ ਜਿਹੜਾ ਇੱਕ ਭਰਾ ਦਾ, ਦੇਖੋ ਕਲਯੁਗੀ ਭਰਾ ਦਾ ਇੱਕ ਭਰਾ ਨੂੰ ਦਾ ਕਤਲ ਹੋਣਾ ਪਾਇਆ ਗਿਆ, ਅਸੀਂ ਇਸ ਗੱਲ ਦੇ ਵਿੱਚੋਂ ਸਾਡੇ ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਇਹ ਬੜਾ ਗਰਵ ਮਹਿਸੂਸ ਕਰਦੇ ਹਾਂ ਵੀ ਅਸੀਂ ਜਿਹੜੇ 5 ਬੰਦੇ ਜਿਹੜੇ ਕਿਸੇ ਪ੍ਰਕਾਰ ਦੇ ਇੱਕ ਤਰ੍ਹਾਂ ਨਾਲ ਪ੍ਰੋਬਲਮ ਦੇ ਵਿੱਚ ਪੈ ਗਏ ਸੀ ਉਹਨਾਂ ਨੂੰ ਇਨਸਾਫ ਦਵਾਇਆ ਅਤੇ ਜਿਹੜਾ ਅਸਲ ਦੋਸ਼ੀ ਸੀ ਉਹਨੂੰ ਸਲਾਖਾਂ ਪਿੱਛੇ ਬੰਦ ਕਰਵਾਇਆ। ਸਰ ਜਿਹੜੇ ਬੰਦੇ 5 ਫੜਾਏ ਸੀ ਉਹ ਰੰਜ ਸਤਹਿਤ ਉਹਨਾਂ ਨਾਂ ਲਿਆ ਸੀ ਉਹਨਾਂ ਨੇ, ਜਿਹੜੇ ਮੁੰਡੇ ਮਾਰੇ ਗਏ ਮੁੰਡੇ ਦੇ ਦੋਸਤਾਂ ਨੇ ਨਾਂ ਲਿਖਾਏ ਸੀ 5 ਮੁੰਡਿਆਂ ਦੇ, ਉਹਨਾਂ ਦਾ ਨਾਂ ਰੰਜਿਸ਼ ਕਰਕੇ ਲਿਖਾਇਆ ਸੀ ਉਹਨਾਂ ਨੇ ਕਾਹਤੋਂ? ਇਹਦੇ ਪਿਤਾ ਨੇ ਉਹਨਾਂ ਦਾ 5 ਬੰਦਿਆਂ ਦਾ, ਕਿਉਂਕਿ ਇਹ ਆਪਸ ਵਿੱਚ ਹੀ ਮਿੱਤਰ ਵੀ ਸੀਗੇ ਅਤੇ ਇਹਦੇ ਪਿਤਾ ਨੇ ਉਹਨਾਂ ਦਾ ਨਾਂ ਲਿਖਾ ਦਿੱਤਾ ਸੀ ਕਿ ਮੇਰੇ ਲੜਕੇ ਦਾ ਕਤਲ ਇਹ 5 ਬੰਦਿਆਂ ਨੇ ਕੀਤਾ। ਆਵਾਜ਼ ਕਾਪ ਟੀਵੀ ਲਈ ਮੋਗਾ ਤੋਂ ਚਮਕਾਰ ਸਿੰਘ ਲੋਕਲ ਦੀ ਰਿਪੋਰਟ।